ਮਹਾਰਾਜ ਸੱਚੇ ਪਾਤਸ਼ਾਹ ਸੁੱਖ ਰੱਖੀ ਕਿਰਪਾ ਰੱਖੀ ਮਹਾਰਾਜ। ਕੱਲ ਸੁੱਖ ਸੁੱਖੀ ਸੀ ਅਸੀਂ ਚੌਲਾਂ ਦੀ ਧਰਤੀ ਪੂਰੀ ਵੀ ਸਾਡੀ ਸੁੱਖ ਹੋ ਗਈ ਜੀ, ਪੂਰੀ ਮੀਂਹ ਪੈ ਗਿਆ ਵੀ ਸੁੱਖ ਕਰੋ ਜੀ, ਪੂਰੀ ਚੜ੍ਹਦੀ ਕਲਾ ਰੱਖਿਓ ਭਾਈ, ਪਾਇਓ ਬੱਤੀ ਬੱਤੀ ਹਾਂ ਠੀਕ ਨੀ ਭਾਈ, ਚੱਲਿਓ ਬਾ ਚਿਕਣਾ ਥੋੜੀ ਮਰਜ਼ੀ ਆਪਣਾ ਵੀ ਚੜ੍ਹਦੀ ਕਲਾ ਰੱਖਿਓ ਜੀ, ਸੁੱਖ ਸ਼ਾਂਤੀ ਰੱਖੋ। ਆ ਕੀੜੀਆਂ ਨੂੰ ਪਾ ਦੇ ਇੱਥੇ ਰਾਜਾ, ਮੇਰੇ ਕੇ ਹੋਈ ਲੱਗਿਆ ਹੈ ਉੱਚੇ ਸਮੇਂ ਦਾ ਬਾਗ ਜੀ ਦਾ ਕੋਈ ਪੰਗਾ ਸਾਲਾ, ਮੈਂ ਤਾਂ ਹਾਂ ਮੈਂ ਪਿਆ ਕਿ ਰੋ ਕੁਣੀ ਦਾ ਆਇਆ ਰੋਪ ਟੱਕਣ ਗਿਆ, ਮੈਂ ਜਾ ਦੇਖਿਆ ਜਾ ਕੇ ਵਾਲੀ ਮੇਰੇ ਕੇ ਉਹੀ ਲੱਗਿਆ ਹੈ ਭਰਾਉਣਾ ਦਾ ਸੋਮਵਾਰ ਨੂੰ ਭਰਾਇਆ ਨਹੀਂ ਹੋਦਾ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਉਹ ਰੋਪੜੇ ਬਣਵਾ ਲਿਆ ਉਹਨੇ ਕਿਸੇ ਢਾਬੇ ਵਾਲੇ ਤੇ ਮਾਲਾ ਹੀ ਸਿਲੰਡਰ ਮੁੱਕ ਗਏ, ਇਹਦਾ ਭੱਤੀ ਵੀ ਲੈਂਦੀ ਸੀ ਤੇਰੀ ਜਿਹੜੀ ਮੰਗੀ ਦੀ ਸੌਖੇ ਨਾਲ ਬਾਈ ਪੂਰੀ ਹੋ ਗਈ, ਉਹ ਬਾਲਣ ਦਾ ਮੈਂ ਇਲਾ ਕਰਦਾ, ਸੁੱਖ ਹੋ ਗਈ ਪੂਰੀ ਭਾਈ, ਹੁਣ ਸੁੱਖ ਹੋ ਗਈ ਭਾਈ ਪੂਰੀ, ਬਿਫਤਾ ਪਈ ਪਈ ਅਸੀਂ ਕੱਲ ਕਿਹਾ ਤਾ ਵੀ ਮੀਂਹ ਪੈ ਜੂਗੀ ਸੁੱਖੇ ਸੁੱਖ, ਕੀ ਕਹਿੰਦਾ ਚੰਦ ਵਾਲ ਵਾਲੇ ਪੂਰਾ ਨਹੀਂ ਤਾਂ ਸੁੱਖ ਪੂਰੀ ਹੋ ਗਈ, ਅਰ ਮੀਂਹ ਵੀ ਆਇਆ ਪਾਸ਼ ਬਾਬਾ ਪਿਆ ਦੱਖਣ ਹੀ ਕੋਈ ਚੱਲਿਆ ਹੈਗਾ, ਕੱਲ ਸਾਨੂੰ ਬੇਆਸਤੀ ਮੀਂਹ ਪੈ ਜਾਣਾ, ਮੈਂ ਕਿਹਾ ਸ਼ੁਕਰਾਨੇ ਦਾ ਆਹ ਤਾਂ ਨਾਲ ਹੀ ਖਰਾਬ ਲੱਗਦੀ ਮੈਨੂੰ, ਇਹਦੀ ਸੰਡਰ ਨਹੀਂ ਚੱਲਦਾ ਹੋਣਾ, ਇਹ ਹਾਂ ਇਹ ਭੱਠੀ ਪੁਰਾਣੀ ਹੈ ਇਹ, ਜਿਹੜੇ ਤੁਸੀਂ ਕੰਮ ਕਰਦੇ ਨਾ ਸਾਨੂੰ ਕੀਤੀਆਂ ਨਹੀਂ ਆਉਂਦੇ ਤੁਹਾਡੇ ਕੰਮ ਦੇਖ ਕੇ, ਉਹ ਫਿਰ ਉਰੇ ਕਿਹੜਾ ਕੁੰਡੀ ਸੋਟਾ ਲਿਆਂਦਾ ਵਾ, ਤਾਂ ਕੁੰਡੀ ਸੋਟਾ ਦਾ ਟਾਈਮ ਲੱਗਦਾ ਦੇਖਾਂ ਤਾਂ ਬਣਦੀ ਲੈ ਐ ਪਾੜ ਪਾੜ ਕੇ ਗੇਰਦੇ ਹੁਣ ਇੰਨੀਆਂ ਕੇ ਹੋਣੀਆਂ ਇਹ ਜਮਾਂ ਪਾਊਡਰ ਨਹੀਂ ਬਣਨਾ ਹੈਗਾ, ਐ ਖੋਲ ਖੋਲ ਕੇ ਗੇਰਦੇ ਉਹਦੇ ਚ ਕੱਟੇ ਕੰਮ ਹੋ ਰਿਹਾ ਨਹੀਂ ਉਹ ਖੋਲ ਖੋਲ ਗੇਰਦੇ ਆ ਇਹਦੇ ਪਾਣੀ ਉਬਲਣੀ ਆ, ਹਾਂ ਇੰਨਾ ਤੁਸੀਂ ਪਾਣੀ ਪਾਇਆ ਵਾ ਹੱਥ ਤੇ ਜ਼ਿਆਦਾ, ਹਮਨੇ ਕਹੀ ਨਾ ਮਰਾਲੀ
ਕਹੀ ਦੇ ਖੂੰਜੀ ਖੋਤ ਕੇ ਉਹੀ ਤਾਂ ਹੈ ਜੇ ਹੇਠ ਤੇ ਦੇਖੀ ਨਾ ਪੱਟ ਚ ਵੜ ਜਾਣਾ ਉੱਪਰ ਤੇ ਮੁੱਛਾਂ ਬਣੀ ਮੁੱਛਾਂ ਬਣਾਈ ਹੈ ਗੱਲ ਕੁਝ ਨਹੀਂ ਹੈਗੀ ਇਹ ਮਾੜੀ ਮਿਸਤਰੀ ਭਜਾਣੀ ਹੈ ਆਕਣਾ ਹੋਣੀ ਬਾਈ ਇਹ ਨਾ ਆ ਦੇਖ ਬਾਈ ਚੌਲਾਂ ਛੱਡ ਕੇ ਆ ਹੈਲੋ ਇਹਦੀ ਆ ਮਾੜੀ ਚ ਭੰਦਾ ਇਹਨੂੰ ਬਸ ਉਹ ਚੌਲਾਂ ਚ ਗਿਰ ਜਾਣਾ ਕੁਝ ਬਾਈ ਹੈਲੋ ਉਹ ਕੁਝ ਨਹੀਂ ਕਹਿੰਦਾ ਬਾਈ ਉਹ ਤਾਂ ਤੇ ਟੈਂਟ ਲਾਇਆ ਵਾ ਤੇ ਮਾਰ ਦੇਣਾ ਬਾਈ ਲਾਇਆ ਵਾ ਜਾਨਵਰ ਦੇ ਲੈ ਜਾਣ ਜਾਨਵਰ ਦੇ ਲੈ ਕਿਹੇ ਜਾਏ ਪਿਆ ਗੱਲਾਂ ਮਾਰਨ ਆ ਜਾਂਦਾ ਇਦਾਂ ਨੂੰ ਧੂਏ ਦੇ ਵੱਜਣੇ ਨੂੰ ਜੇ ਐਨਾ ਛੱਡ ਕੇ ਆ ਯਾਰ ਜਾਨਵਰ ਦੇ ਲਾ ਮੋਟਰ ਪਰ ਕਹੇ ਜੇ ਫਿਰ ਤੇ ਬਰਸਾਤ ਪੈਂਦੀ ਉੱਪਰ ਤੇ ਪੱਗ ਦੇ ਨੇੜੇ ਕੋਈ ਨਹੀਂ ਆਉਂਦਾ ਇਹਦਾ ਖੜਾ ਤਾਂ ਹੈਗਾ ਇੱਕ ਜਿਹੜਾ ਅੱਗ ਦੇਵਤਾ ਇਹਦੇ ਨੇੜੇ ਕੋਈ ਨਹੀਂ ਆਉਂਦਾ ਹੈਗਾ ਗੋਲ ਗੋਲ ਕੇ ਪਾਤੀ ਆਇਆ 10 ਮਿੰਟ ਹਟ ਜਾ ਰੱਖ ਦੇ ਰੇ ਹਾਂ ਦੇ ਖੁਰ ਗਿਆ ਕੋੜਾ ਖੁਰ ਗਿਆ ਵਾ ਹੁਣ ਦੇ ਵਾਲੀ ਆਉਣ ਦੇ ਨੂੰ ਹੱਥ ਘਮਾ ਕੇ ਦੇਖ ਵੀ ਡਲੀ ਲੱਗਦੀ ਨਾ ਉਹ ਚੱਕ ਫਿਰ ਹੱਥ ਨੂੰ ਲੱਗਣੀ ਕਰਚੀ ਤੂੰ ਦੋ ਮੈਲ ਮੈਲ ਚੱਕਣੀ ਮੈਲ ਝਰਨੀ ਗੱਲ ਅੱਛਾ ਫੇਰ ਠੀਕ ਅੱਛਾ ਮੈਂ ਤਾਂ ਚੀਨੀ ਪਰ ਵੀ ਆ ਜਾਂਦੀ ਆ ਜੁੜਤਾ ਮੁੱਲ ਦਾ ਲਿਆ ਤਾਂ ਚੀਨੀ ਦਾ ਹੀ ਬੜਾ ਭੌੜਾ ਜਿਕਣ ਕਰ ਪਿਛਲੇ ਸਾਲ ਦੇ ਗੋਲੇ ਆ ਜਿਹੜੇ ਬੜੇ ਵੱਟੇ ਵੇ ਆ ਪਰੇ ਵੱਟੇ ਤੇ ਪਿਛਲੇ ਸਾਲ ਦੇ ਨਹੀਂ ਹੈਗੇ ਉਹ ਰੋੜੇ ਦੇ ਗੋਲੇ ਹੁੰਦੇ ਪਿਛੇ ਦੇ ਤੇ ਉਹ ਬਣਾਏ ਤਾਂ ਪਿਛਲੇ ਸਾਲੇ ਦੇ ਪਰ ਗੋਲ ਆ ਚੌਲ ਜਾਂ ਬਣਾਏ ਤੋਂ ਉਹਦਾ ਰੋੜੇ ਰੋੜੇ ਮਸਾ ਗੋੜੇ ਦੇ ਗੋੜੇ ਦੇ ਰੋੜੇ ਦੇ ਰੋੜੇ ਉਹ ਮੈਂ ਲੈ ਕੇ ਆਇਆ ਤਾਂ ਜਦ ਹਾਂ ਹਾਂ ਉਹਦੇ ਪਰ ਮਾਇਲ ਹੈਗੀ ਦੀ ਮੇਰਾ ਵਾਲੀ ਖਿਲਾੜੀ ਪਰ ਵੱਟੇ ਦਿਓ ਜਾਂ ਦੋਏ ਬੱਤਾਂ ਵੱਟਾਂ ਵਾ ਜੀ ਲੋਟੇ ਨਹੀਂ ਆਈਆਂ ਅਖੀਰ ਨੂੰ ਲੱਡੂ ਆ ਵੱਟੇ ਉਹਨਾਂ ਦੇ ਐਡੇ ਐ ਲੱਡੂ ਵੱਟ ਵੱਟ ਪਿੰਨਿਆਂ 'ਚ ਲੋਟ ਕੇ ਚਾਚੇ ਨੇ ਤਾਂ ਅੱਗੇ ਵਜੋ ਉੱਤੀ ਯਾਰ ਕੜਛੀ ਲਵੇ ਲੈਣੀ ਮਿੱਟੀ ਦੇ ਇਹਨੇ ਕਿਰਕਲ ਕਰ ਦੇਣੀ ਬਾਈ ਚੌਲਾਂ 'ਚ ਮਿੱਟੀ ਵਾਲੀ ਕੜਛੀ ਲੈ ਚੌਲ ਬਣ ਕੇ ਉਹੀ ਕੰਮ ਚਾਹੀਦਾ ਪਾਣੀ ਗਰਮ ਗਰਮ ਆਹੋ ਬੰਦ ਕਰ ਦੇਣਾ ਅਗੇ ਮੋਰਾ ਬਹੁਤ ਥੱਕਦੇ ਨੇ ਰਾਜ ਉਹ ਤੋਂ ਬਣ ਕੇ ਤਾਰ ਦੇ ਯਾਰ ਖੜੇ 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 ਦੇਖ ਲੈ ਕੰਡੇ ਲੋ ਵੀ ਦੋ ਸ਼ੈਫ ਲੱਗੇ ਹੋਏ ਪੂਰੇ ਉਂਗਲੀਆਂ ਨਾਲ ਕੱਢ ਲਈ ਵਿੱਚ ਲੈ ਇਹ ਆ ਗਏ ਪੂਰੀ ਜਲਦੀ ਕਰ ਸੀ ਜਿੰਨੀ ਹੈਗੀ ਉਹ ਤਾਜਾ ਹੋ ਗਿਆ ਤਾਂ ਯਾਰ 2 ਮਿੰਟ ਥੱਲੇ ਤਾਰ ਦੇ ਬੱਚੇ ਨੂੰ ਕਿਉਂ ਗੂਗਲ ਮੱਥਾ ਟੇਕ ਕੇ ਆਏ ਆਇਆ ਸੀ ਹੋ ਯਾਰ ਹਾਂ ਉਹ ਫੋਟੋ ਟੇਕ ਕੇ ਆਏ ਆ ਖਵਾਜਾ ਹੀ ਆ ਬੋਰ ਇਹ ਦੀ ਉਦਾਂ ਉਹ ਖਵਾਜਾ ਹੋ ਖਵਾਜਾ ਇਹ ਵੀ ਖਵਾਜਾ ਹੀ ਹੈ ਆ ਹੈ ਤਾਂ ਖਵਾਜਾ ਹੈ ਜਿਹੜੀ ਉਹ ਪਰਾੜਾ ਖਵਾਜਾ ਹੈ ਹਰਕਤ ਤਾਂ ਹੈਗਾ ਹੀ ਆ ਉਹ ਹੈਗਾ ਆਪਦੇ ਟਿਕਣੇ ਸਾਡੇ ਉਹ ਹੈਗਾ ਮੋਟਰ ਦਾ ਮੈਂ ਕਰਕੇ ਥੱਲੇ ਦੀ ਲਿਆਉਂਦਾ ਮੈਂ ਪਾਣੀ ਜਾਂ ਬਾਹਰ ਜਿਹੜਾ ਗਿਰਦਾ ਵੀ ਨਾ ਗਿਰੇ ਤਾਂ ਕਰਕੇ ਮੈਂ ਘੁਮਾਉਂਦਾ
ਕੁੱਕੜੀਆਂ ਵੀ ਲਿਆ ਚਾਰ ਚਾਰ ਗੈਲ ਅੱਗ ਬਣੀ ਵੀ ਹੁਣ ਅੱਛਾ ਮਹਾਂ ਕੋਲਿਆਂ ਭੁੰਨ ਲਈ ਹੁਣ ਪਕੌੜੇ ਹੈਗੇ ਆ ਉਹ ਖਾਣ ਵੀ ਦਊਗਾ ਸਾਨੂੰ ਠੰਡੇ ਹੋ ਤੁਸੀਂ ਬੰਦ ਕਰਾਤੇ ਖਾਣ ਕੁੱਕੜੀ ਦੀ ਮਾੜੀ ਚੀਜ਼ ਨੀ ਤਿਆਰ ਆ ਚੌਲ ਬੰਦ ਮਤਲਬ ਇਹ ਦੂਏ ਚੌਲ ਇਹ ਕਿਹੜੇ ਆਪਣੇ ਸਬਜ਼ੀ ਵਾਲੇ ਬਣਾਏ ਫਿੱਕੇ ਪਾਏ ਵਿੱਚ ਵਿੱਚੇ ਨਾ ਪਾਓ ਯਾਰ ਵਿੱਚੇ ਪਾਣੀ ਆ ਵਿੱਚ ਤਾਂ ਲੱਜਣੇ ਵੀ ਨਹੀਂ ਇਹ ਮਸੜ ਥੋੜੇ ਜਿਹਾ ਕੱਢ ਕੇ ਤੁਸੀਂ ਇਹਨੇ ਖਵਾ ਜੇ ਦੋ ਤਾਂ ਖਰਚਾ ਖਵਾ ਦੇ ਨੂੰ ਇਹਨੇ ਕਾਲਾ ਨਹੀਂ ਮੈਂ ਖਵਾ ਦੇ ਜਿਹਨੇ ਕਿਹੜਾ ਰਹਿਣਾ ਦਾ ਹੁੰਦਾ ਹੈ ਵਿੱਚੇ ਵਾਂਦੇ ਆ ਫਿਰ ਨਹੀਂ ਮਹਾਰਾਜ ਨੇ ਸੁਣ ਲਈ ਸਾਡੀ ਵਾਦਾ ਅਸੀਂ ਕਰਤਾ ਪੂਰਾ ਖਵਾ ਜੇ ਦਾ ਹਾਂ ਜੇ ਲੋੜ ਪਈ ਫੇਰ ਅਸੀਂ ਸੁੱਖ ਕੇ ਭਾਈ ਇਹਨੇ ਘਰ ਦਾ ਕੋਈ ਸੁੱਖ ਨਹੀਂ ਹੈ ਇੰਨਾ ਕੰਮ ਹੋ ਜਾਵੇ ਸਾਡਾ ਫੇਰ ਕਿਤੇ ਪਵਾ ਲਾਂਗੇ ਜੇ ਜ਼ਿਆਦਾ ਪੈ ਜਾਂਦਾ ਹੁੰਦਾ ਫਿਰ ਮੈਂ ਰਾਜਾ ਖੜੇ ਹੁੰਦੇ ਆ ਉੱਥੇ ਵੀ ਰਾਤ ਨੂੰ ਜਦੀ ਟੁੱਟੀ ਵੇ ਰਾਤ ਨੂੰ ਮੈਨੂੰ ਭਾਈ ਡਰ ਬਹੁਤ ਹੈ ਡਰ ਬਹੁਤ ਹੈ ਹੁਣ ਅੱਜ ਐਤਵਾਰ ਆ ਯਾਰ ਜਿਹੜੇ ਪੀਰ ਪੈਗੰਬਰ ਆ ਸਭ ਆਪਣੀ ਆਪਣੀ ਜਗ੍ਹਾ ਹੈਗੇ ਆ ਸਮਝਿਆ ਗੱਲ ਹੁਣ ਅੱਜ ਤੂੰ ਜਾ ਕੇ ਦੇਖ ਲਈ ਯਾਰ ਦੀਵੇ ਬਾਲਦੇ ਨੇ ਸਮਝਿਆ ਗੱਲ ਦੀਵਾ ਹੀ ਦੀਵਾ ਬਾਲਦਾ ਹੁਣ ਯਾਰ ਉਹ ਘਰ ਯਾਰ ਹਰ ਜਲ ਬਗੈਰ ਕੁਛ ਨੀ ਬਗੈਰ ਨੀ ਬਾਈ ਅਗਨੀ ਕੁਛ ਨੀ ਅੱਗ ਬਗੈਰ ਕੁਛ ਨੀ ਹੈਗਾ ਪਵਨ ਹਵਾ ਬਗੈਰ ਵੀ ਕੁਛ ਨੀ ਹੈਗਾ ਪਾਣੀ ਬਗੈਰ ਵੀ ਕੁਛ ਨੀ ਹੈਗਾ ਵਾਹ ਵੀ ਵਾਹ ਬਹੁਤ ਜ਼ਰੂਰੀ ਹੈ ਹੁਣ ਭਾਫ ਹੈ ਬੰਦ ਹੈ ਲੈ ਭਾਈ ਤਿਆਰ ਹੈ ਨਾ ਹੁਣ ਇਹ ਚੈਰੀ ਤੁਸੀਂ ਪਲੇਟਾਂ ਪਾਉਣੀ ਹੈ ਹਾਂ ਬਸ ਬਸ ਇੰਨੀ ਨਹੀਂ ਹੈਗੀ ਜਿੰਨੀ ਪਲੇਟਾਂ ਵੇ ਤਾਂ ਕਿਸੇ ਰਸੇ ਆਉਣਾ ਚਾਹੇ ਤੇ ਸਵਾਦ ਇਹਦੇ ਵਿੱਚ ਤੇ ਟੋਲੂਗਾ ਕਿ ਟੋਲੂਗਾ ਕਿ ਕਿਸੇ ਨੂੰ ਇੱਕ ਆ ਗਈ ਕਿਸੇ ਨੂੰ ਅੱਧੀ ਆ ਗਈ ਇੱਕ ਪਲੇਟ ਪਰ ਤਿੰਨ ਲਾਲ ਪਾ ਲਿਓ ਤਿੰਨ ਹਰੀਆਂ ਪਲੇਟ ਲਿਆ ਪਲੇਟ ਲਿਆ ਇਹਦੇ ਵਿੱਚ ਪਾ ਆਪਣੇ ਆਪਣੇ ਖਵਾਜਾ ਹੀ ਖੁਜ ਕਰਨਾ ਆਪ ਨੂੰ ਮਿਲੇ ਜਿਹੇ ਨਾ ਮਿਲੇ ਖਵਾਜੇ ਨਿਧੀ ਚੈਰੀ ਦਾ ਟੇਕਣਾ ਮਤਲਬ ਉਹ ਵੀ ਆਪਾਂ ਨੇ ਖਾਣੀ ਮੱਥਾ ਟੇਕ ਕੇ ਨਹੀਂ ਨਹੀਂ ਉਹ ਐਕਣਾ ਇਹਦੇ ਵਿੱਚ ਨਹੀਂ ਨਾ ਲੋਟ ਆਉਣੀ ਐਕਣਾ ਸਿੱਧੂ ਚਾਰ ਚਾਰ ਦਾਣੇ ਉੱਪਰ ਲਓ ਜੀ ਚੌਲ ਤਿਆਰ ਆ ਜੀ ਹੁਣ ਮੱਥਾ ਟੇਕਣ ਦੇ ਜੀ ਤਿਆਰੀ ਆ ਉੱਧਰ ਚਾਚਾ ਕਹੀ ਐਂ ਰੱਖ ਲਈ ਚਾਚੇ ਬਸ ਬਸ ਚਲ ਭਾਈ ਇਹ ਪਲੇਟ ਦੇ ਦੇਗਾ ਅੱਗੇ ਦੇਖ ਅੱਗੇ ਪਲੇਟ ਹੋਵੇ ਲੈ ਬਾਬਾ ਟਾਈਮ ਟੂ ਟਾਈਮ ਕਹਿ ਹੁਣ ਭਾਈ ਬਸ ਨਾ ਸਾਡੂ ਸੋਕਾ ਆਵੇ ਨਾ ਡੋਬਾ ਆਵੇ ਠੀਕ ਨਹੀਂ ਗੱਲ ਰੋਟੀ ਲੈ ਵਾਹਿਗੁਰੂ।
ਨਸਲ ਕੀੜੀਆਂ ਇੱਥੇ ਦੇਖੀ ਪਤਾ ਨਹੀਂ ਕਰਨੀਆਂ ਕੀੜੀਆਂ ਚਲੋ ਵਾਹਿਗੁਰੂ ਸੱਚਿਆ ਪਾਤਸ਼ਾਹ ਖਵਾ ਗਿਆ ਗੱਜਦਾ ਵੱਜਦਾ ਰਹੀ ਮਹਾਰਾਜ ਸੱਚੇ ਪਾਤਸ਼ਾਹ ਸੁੱਖ ਰੱਖੀ ਕਿਰਪਾ ਰੱਖੀ ਮਹਾਰਾਜ ਕੱਲ ਸੁੱਖ ਸੁੱਖੀ ਸੀ ਅਸੀਂ ਚੌਲਾਂ ਦੀ ਕਰਤੀ ਪੂਰੀ ਵੀ ਸਾਡੀ ਸੁੱਖ ਹੋ ਗਈ ਜੀ ਪੂਰੀ ਮੀਂਹ ਪੈ ਗਿਆ ਵੀ ਸੁੱਖ ਕਰੋ ਜੀ ਪੂਰੀ ਚੜ੍ਹਦੀ ਕਲਾ ਰੱਖਿਓ ਭਾਈ ਪਾਇਓ ਬੱਤੀ ਬੱਤੀ ਹਾਂ ਠੀਕ ਨੀ ਭਾਈ ਚੱਲਿਓ ਬਾ ਚੱਕਣਾ ਤੁਹਾਡੀ ਮਰਜ਼ੀ ਆਪਣਾ ਵੀ ਚੜ੍ਹਦੀ ਕਲਾ ਰੱਖਿਓ ਜੀ ਸੁੱਖ ਸ਼ਾਂਤੀ ਰੱਖੋ ਆ ਕੀੜੀਆਂ ਨੂੰ ਪਾ ਦੇ ਇੱਥੇ ਰਾਜਾ ਆ ਕੀੜੀਆਂ ਫਿਰਦੀਆਂ ਉਹਨੇ ਬਹੁਤ ਦਿਨ ਨੂੰ ਪਾ ਥੋੜੇ ਚੁੱਲੇ ਜੀ ਵੀ ਪਾ ਦਿਓ ਯਾਰ ਅੱਗੇ ਆਓ ਉੱਧਰ ਚਾਚੇ ਨੇ ਬਹੁਤ ਗਿੜਦਾ ਪਾਇਆ ਬੋਲੀ ਹਰਜੀਤ ਦੇ ਵਿਆਹ ਨੂੰ ਜਿੱਦਾਂ ਹੀ ਗਿੜਦਾ ਬੋਲਾ ਛੱਡਿਆ ਬਾਈ ਜਦ ਉੱਠ ਨੀ ਹੋਇਆ ਬਹੁਤ ਵਧੀਆ ਬਣੇ ਭਾਈ ਦੇਸੀ ਘੀ ਦੇ ਟੇਸਟ ਆ ਪੂਰਾ ਪੂਰਾ ਪਾਸ ਆਪਣੇ ਸਰਫ ਸਰਫ ਚੌਕ ਉੱਠ ਕੇ ਪਾ ਆਪਣੇ ਬੈਠਾ ਵੇਟ ਕਰ ਆਪਣੀ ਆਪਣੀ ਪਲੇਟ ਖਾਣੇ ਪੱਕੀ ਹੋਊਗਾ ਨੀ ਇਧਰ ਪਤਾ ਯਾਰ ਗਰਮ ਲੌਂਗ ਦਾ ਸਵਾਦ ਵੀ ਲੈ ਜੀਦਾ ਵੀ ਆ ਸਾਰਾ ਢਿੰਡਾ ਥੋੜੀ ਜੀ ਕਾਲੀ ਕਰ ਗਿਆ ਮਿੰਟੇ ਨੂੰ ਪੰਜ ਹੋਰ ਚਾਹੀਦੇ ਜੇ ਆ ਪਲੇਟ ਖਾ ਲੈ ਉਹਦੇ ਬਾਅਦ ਦੂਈ ਖਾਣੀ ਪਲੇਟ ਉਹ ਵੀ ਫਰਕ ਪੈ ਜਾਣਾ ਉਹਦਾ ਫਰਕ ਪੈ ਜਾਣਾ ਤੂੜੀ ਚ ਰੱਖਿਆ ਪਹਿਲ ਪਾ ਦੇ ਭਾਈ ਦੀ ਗੱਲਾਂ ਦੇ ਦੁੱਧ ਨੀ ਦੁੱਧ ਹੁੰਦਾ ਫਿਰ ਦੇਖਦਾ ਗੱਲ ਕਿਆ ਬਣਦੀ ਭਾਈ ਦੁੱਧ ਦੁੱਧ ਵਾਲੇ ਨੇ ਸੁੱਕੇ ਤਾਂ ਮੈਂ ਸੁੱਕੇ ਤਾਂ ਆਪਾਂ ਨਹੀਂ ਮਿੱਠੇ ਹੀ ਦੇਖੀ ਤੇ ਫਿਰ ਚੈਰੀ ਪੀਂਦੀ ਸੁੱਕੀ ਨਾਲ ਬਦਾਮ ਵੀ ਚੁਗ ਲੋ ਇਹਦੀ ਪੇਟ ਦੇ ਚੁਗ ਲੋ ਸਾਰਾ ਜਿਹੜੀ ਚੀਜ਼ ਨਹੀਂ ਸੁੱਕੀ ਦੁੱਧ ਦੇ ਦੁੱਧ ਨਾਲ ਸਵਾਦ ਲੱਗਦੇ ਹੋਰ ਕਰਨ ਖਾ ਲਾ ਹੁਣ ਯਾਰ ਆ ਖਾਣੇ ਨੀ ਕਾਹਤੇ ਅਹਿਲ ਨੂੰ ਖਾਈ ਜਾ ਬਿਮਾਰੀ ਘਰ ਨੂੰ ਹੋਰ ਕਿਆ ਹੈ ਜਿਹੜੀ ਆ ਸ਼ੁੱਧ ਚੀਜ਼ ਉਹ ਤੁਹਾਨੂੰ ਖਾਂਦਾ ਨੀ ਆਹੋ ਫਿਰ ਦੱਸੀ ਗਈ ਵਾਲੀ ਜਿਹੜਾ ਮੈਂ ਹੋਰ ਚੁੱਲਾ
ਚਾਚੇ ਇਹਨਾਂ ਨੇ ਪਾੜ ਦੇਣੇ ਲਿਫਾਫੇ ਭਾਈ ਇਹ ਨੂੰ ਅੱਧਾ ਘੰਟਾ ਘੰਟਾ ਅੱਧਾ ਘੰਟਾ ਹੋ ਗਿਆ ਸੀ ਛੱਡੇ ਨੂੰ ਮੀਂਹ ਤਾਂ ਇੰਨਾ ਫਾਇਦਾ ਹੋਇਆ ਅੱਧੇ ਘੰਟੇ ਮੈਂ ਕਢਾਤਾ ਪਾਣੀ ਪਾਣੀ ਬਹੁਤ ਆ ਕੋਈ ਬੋਰ ਕਰਾਤਾ ਤਾ ਇਹਨਾਂ ਨੇ ਕੋਈ ਸੱਚਿਆ ਤਾ ਪਹਿਲਾਂ ਬੋਰ ਸੁਟਿਆ ਤਾ ਤਾਂ ਹਰਪੀ ਕਹਿੰਦਾ ਬੋਰ ਕਰਾਤਾ ਕਹਿੰਦਾ ਜਾ ਸਾਡੇ ਪਾ ਜ਼ਮੀਨ ਪੀਆ ਕਰਾਤਾ ਕਹਿੰਦਾ ਜਿੱਲਾ ਫਰਕ ਪਿਆ ਬਾਈ ਮੀਂਹ ਦਾ ਆਪਾਂ ਨੇ ਭਾਸ਼ੇ ਖੜਾਇਆ ਵਾ ਹੁਣ ਦੇਖਣਾ ਵੀ ਕਿੰਨੇ ਕੁ ਟਾਈਮ 'ਚ ਪਾਣੀ ਖਾਂਦਾ ਇਹ ਕੱਦੂ ਵੀ ਤਾਂ ਜਦੇ ਹੋਣਾ ਜਦ ਭਈ ਨਾ ਇੱਕ ਵਾਰੀ ਫੇਰ ਪੂਰਾ ਹੋ ਜਾਣਾ ਇਹ ਨਾ ਹੁਣ ਮੀਂਹ ਨੇ ਕੰਮ ਲੋਡ ਕਰਤਾ ਆਪਣਾ ਜਿਹਨੂੰ ਲਿਫਾਫਾ ਹੀ ਲਿਫਾਫਾ ਕਰਤਾ ਬਾਈ ਹੁਣ ਐਵੇਂ ਦੋ ਘੰਟੇ ਨਹੀਂ ਝੱਲਣਾ ਦੋ ਢਾਈ ਘੰਟੇ ਨਹੀਂ ਝੱਲਣਾ ਦੋ ਘੰਟੇ ਹੁਣ ਝੱਲਣਾ ਸਮਝਿਆ ਜੇ ਲਾਗੇ ਇੰਨਾ ਨਹੀਂ ਪੈਣਾ ਫਿਰ ਪਾਣੀ ਵਾਧੂ ਹੈ ਛੇ ਪੰਜ ਇੰਚੀ ਪ੍ਰੈਸ਼ਰ ਹੈ ਮੈਂ ਕਹਿੰਦਾ ਛੇ ਇਹ ਛੇ ਇੰਚੀ ਜੱਦਾ ਚਾਰ ਇੰਚ ਤਿੰਨ ਇੰਚੀ ਨਾਲ ਪੂਰੀ ਭਰ ਕੇ ਮਾਰ ਕਿੱਥੇ ਦਾ ਨਜ਼ਾਰਾ ਆ ਗਿਆ ਇਹਦਾ ਮਰਜ਼ੀ ਮੌਕਾ ਖੋਲਦੇ ਹੁਣ ਅੱਗਲ ਮੈਂ ਟੱਕਣ ਦੀ ਲੋੜ ਨਹੀਂ ਥੈਲਿਆਂ ਦਾ ਗੁੱਛੇ ਬਣਾ ਲੈਣੇ ਬਸ ਮੜ ਤਾਂ ਲੱਗੇਗਾ ਲੀਕ ਮਾੜਾ ਮੋਟਾ ਹੋਊ ਤਾਂ ਨਵੇਂ ਹੋਊ ਠੀਕ ਨਹੀਂ ਗੱਲ ਉਹਦੇ ਬਾਅਦ ਰੱਖ ਲੈ ਇੱਟਾਂ ਇਕੱਠੇ 'ਚ ਇੱਟਾਂ ਰੱਖ ਕੇ ਨਾ ਇਹਦੇ 'ਚ ਜਿੱਧਰ ਪਾਣੀ 'ਚ ਚਾਰੇ ਤਿੰਨੇ ਪਾਸੇ ਛੱਡਣਾ ਤਾਂ ਤਿੰਨੇ ਪਾਸੇ ਜਾਊਗਾ ਉਸ ਹਿਸਾਬ ਨਾਲ ਛੱਡ ਦੇ ਇੱਟ ਨੂੰ ਇਹ ਲੋਟ ਹੈ ਕੰਮ ਮੀਂਹ ਵੀ ਸੋਹਣਾ ਹੋ ਲਿਆ ਬਾਈ ਅੱਜ ਮੀਂਹ ਬਹੁਤ ਹੈ ਮੀਂਹ ਤਾਂ ਦੇਖ ਲੈ ਤੂੰ ਰਾਤ ਬਹੁਤ ਜਲਦੀ ਨਹੀਂ ਪਿਆ ਇਹਦੇ ਕਰਕੇ ਫਿਰ ਅੱਜ ਫੇਰ ਕਹੀ ਨਾਲੇ ਕੰਮ ਕਰਨਾ ਪੈਂਦਾ ਹੈ ਕਹੀ ਗਾਰਾ ਹੀ ਛੱਡਦੀ ਤਵੀ ਵਾਲਾ ਜਿੰਦਾ ਕਿੱਥੇ ਲੱਗ ਜਾਂਦਾ ਜਗ੍ਹਾ ਪੜਨੀ ਬਹੁਤ ਲੋੜ ਨਹੀਂ ਆਉਣਾ ਕੰਮ ਫਿਰ ਗਿੱਲਾ ਬਹੁਤਾ ਜ਼ਿਆਦਾ ਹੋ ਗਿਆ ਹਾਂ ਬਾਕੀ ਲੱਗੇ ਪਏ ਬਾਈ ਕੰਮ ਕਰ ਦੇਣਾ ਦੋ ਚਾਰ ਦਿਨ ਮੈਂ ਕੰਮ ਨਿਬੇੜ ਦੇਣਾ ਹੋਈਏ ਫਿਰ ਨਿਬੇੜ ਕੇ ਵਿਹਲੇ ਖਾਰ ਪੈਂਦੀ ਉਹਦੇ ਕਰਕੇ ਥੋੜਾ ਜਿਹਾ ਪਾਣੀ ਉੱਚਾ ਗਿਰਦਾ ਥੈਲਾ ਰੱਖਿਆ ਹੋਇਆ ਥੈਲੇ ਤਾਂ ਪਾਣੀ ਆਏ ਬਸ ਖਾਰ ਨਹੀਂ ਪੈਂਦੀ ਹੈਗੀ ਚੱਲ ਜੇ ਡੱਕੇ ਇੰਨੇ ਖਰਾਬ ਹੋ ਗਈ ਹੈ ਕੁਛ ਨਹੀਂ ਚੱਕਾ ਥੋੜਾ ਉੱਚਾ ਇਹਦੇ ਕਰਕੇ ਬਣਾਇਆ ਹੋਇਆ ਜੱਠਾ ਉੱਚਾ ਉਹ ਖੇਤਾਂ ਕਰਕੇ ਹਾਂ ਹੋ ਸਕਦਾ ਦੋ ਇਹ ਅੱਛਾ ਉਹ ਫਿਰ ਮੈਂ ਲੈ ਲਵੇ ਦੋ ਧੱਕ ਕੇ ਉਹ ਵੀ ਧੱਕ ਦੇ ਆਹ ਵੀ ਧੱਕ ਦੇ ਹੈਨਾ ਕਾਹਦੇ ਹੋ ਗਿਆ ਉਹ ਨਹੀਂ ਪੀਆ ਹੋ ਜਾਣਾ ਪਾਣੀ ਇੱਧਰ ਨੂੰ ਲਾ ਦੇ ਫਿਰ ਕਿਹੜਾ ਲੈਣਾ ਮੈਨੂੰ ਦੱਸ ਪਹਿਲਾਂ ਆਹ ਲਾਉਣਾ ਉਹ ਲਾਉਣਾ ਤੁਹਾਨੂੰ ਜਿਹੜੇ ਲਾਉਂਗੇ ਟਾਈਮ ਕਰੇ ਕੱਲ ਕੈਂਚੀ ਪਿੱਛੇ ਛੱਡ ਤੀ ਕਹੋਗੇ ਫਿਰ ਉਹ ਤਾਂ ਮੇਰੇ ਪੈਰ ਥੱਲੇ ਕੁਦਰਤੀ ਆ ਗਈ ਕਹਿੰਦਾ ਕੈਂਚੀ ਕਹਿੰਦਾ ਮਦਦ ਕਹਿੰਦਾ ਤੈਨੂੰ ਪਤਾ ਹੋਣਾ ਮੈਂ ਪੜਦਾ ਤੂੰ ਤਾਂ ਉੱਥੇ ਤਾਂ ਕੱਢੀ ਪਿੱਛੇ ਗਾਰੇ ਦੇ ਚੱਕ ਲੈਣੀ ਚੱਕ ਲਾ ਕੈਂਚੀ ਚੱਲ
ਬਾਕੀ ਦੇਖਦੇ ਆ ਬਾਈ, ਪੰਗਾ ਤਾਂ ਲੈ ਲਿਆ ਐਤਕੀ ਜੀਰੀ ਦਾ, ਉਰੇ ਹੈ ਰੇਸਲੀ ਇਸ਼ੂ ਆ ਜ਼ਮੀਨ ਯਾਰ, ਟਾਈਮ ਤਾਂ ਨਹੀਂ ਲੱਗਦਾ, ਕਿੰਨਾ ਟਾਈਮ ਲੱਗਿਆ, ਕਿਆ ਬਣਦਾ ਹੈ ਐਤਕੀ, ਹੌਂਸਲਾ ਆਪਾਂ ਨੇ ਛੱਡਣਾ ਹੈ ਨਹੀਂ, ਗੱਡੀ ਰੁੜੀ ਜਾਣੀ, ਚੌਂਤੇ ਵਾਲ ਤਾਂ ਨਹੀਂ ਜ਼ਿਆਦਾ ਭੈੜਾ ਹਾਲ, ਫਿਰ ਚੌਂਤਾ ਤਾਂ ਰੇਤਲਾ ਤਾਂ ਫਿਰ ਦਿੱਸੀ ਆ। ਵੈਸੇ ਆਪਾਂ ਨੇ ਲਈ ਗੰਨੇ ਵਾਸਤੇ ਆ, ਇਹ ਲਾਉਣੀ ਜੀਰੀ ਪੈਣੀ ਹੈ ਇੱਕ ਸਾਲੀ ਦੇ 'ਚ, ਜੀਰੀ ਅੱਗੇ ਲਾਉਂਦੇ ਨਹੀਂ, ਮੈਂ ਵੱਢ ਕੇ ਗਿਆ ਉਰੇ ਕਾਲੇ ਨਾਲ, ਬਾਪੂ ਨੇ ਭਾਈ ਗੇੜਾ ਮਾਰ ਕੇ ਗਏ ਪਹਿਲਾਂ, ਜੀਰੀ ਸੋਹਣੀ ਦੂਰੀ ਉਰੇ ਝਾੜ ਆਹੀ ਆ, ਰੇਤੇ ਦਾ ਐਂ ਹੁੰਦਾ ਵੀ ਰੇਸਲੀ ਜੀ ਜ਼ਮੀਨ ਆ, ਜੇ ਇੱਕ ਵਾਰ ਮੀਂਹ ਤੰਗੇ ਪੈ ਗਏ ਫਿਰ ਰੋਣ ਲੱਗ ਜਾਂਦੀ ਆ ਇਹ। ਬਾਕੀ ਅੱਜ ਬਾਈ ਕੱਲ੍ਹ ਕਹੀ ਨਾਲ ਚੱਲਦਾ ਤਾਂ ਹੁਣ ਕਹੋਲੀ ਲੱਗੇ, ਆਲੂ ਵਾਲੀ ਕਹੀ ਲਿਆਂਦੀ ਵੀ ਆ, ਇਹਦੇ ਨਾਲ ਵਧੀਆ ਚੱਲਦਾ, ਅੱਜ ਮੀਂਹ ਪਿਆ ਹੋਇਆ ਏ ਉਹਦੇ ਕਰਕੇ ਮਿੱਟੀ ਨਹੀਂ ਹੁੰਦੀ ਹੈਗੀ। ਠੀਕ ਆ ਹਾਂ, ਆਹ ਤਾਂ ਗਿੱਲੀ ਅੱਗੇ ਗਿਰੀ ਜਾਂਦੀ ਮਿੱਟੀ, ਹੁਣ ਗਿਰਦੀ ਨਹੀਂ, ਹੁਣ ਠੀਕ ਆ, ਹੁਣ ਬੱਚੀ ਨਹੀਂ ਗਿਰਦੀ ਤੇ, ਹੁਣ ਇਹ ਲਿਫਾਫਾ ਉੱਥੇ ਬਾਈ ਇੱਥੇ ਤੇ ਆਪਾਂ ਨੇ ਆਹ ਉਰੇ ਘੁਮਾ ਦੇਣਾ ਏ, ਆਹ ਡੌਲ ਸਾਰੀ ਨੂੰ ਲਿਫਾਫਾ, ਉਹ ਫਿਰੇ ਤੱਕ ਲਿਫਾਫਾ ਏ, ਇਹਨੂੰ ਲਿਫਾਫਾ ਏ, ਇਹਨੂੰ ਸਾਰੀ ਨੂੰ ਲਿਫਾਫਾ ਏ, ਉਹਨੂੰ ਆਏ ਇੱਥੇ ਤੇ ਉਹ ਲਿਫਾਫਾ ਏ, ਲਿਫਾਫਾ ਲਾ ਤਾ ਆਪਾਂ ਨੇ 12 ਕਿਲੋ, 12 ਲੱਗ ਗਿਆ ਹੋਊਗਾ, 12 ਲੱਗ ਗਿਆ, 12 ਲੱਗ ਜਾਣਾ ਜੇ ਨਹੀਂ ਲੱਗਿਆ ਹੋਊਗਾ, 2.5 ਕਿਲੋ ਤੇਰੇ ਵਾਲਾ ਤਾ, ਠੀਕ ਆ, 8.5 ਕਿਲੋ ਮੈਂ ਹੋਰ ਲਿਆ ਤਾ, 11 ਕਿਲੋ ਲਿਫਾਫਾ ਹੋ ਗਿਆ, ਲੱਗੂਗਾ, ਆਪਾਂ ਨੇ ਕਸਰ ਨਹੀਂ ਛੱਡੀ ਬਾਈ, ਵੀ ਪਾਣੀ ਨਿਕਲਣ ਜੋਗਾ ਛੱਡਣਾ ਹੀ ਨਹੀਂ ਕਿਸੇ ਪਾਸੇ ਨੂੰ, ਸਾਲਾ ਕੈਰੇ ਮੇ ਰਹੇ, ਬਸ ਜੇ ਖਾਊਗਾ ਤਾਂ ਧਰਤੀ ਉਹ ਖਾਊਗੀ, ਆਲੇ ਦੁਆਲੇ ਲੀਕ ਨਹੀਂ ਹੋਊਗਾ। ਬਾਕੀ ਆਪਾਂ ਨੇ ਬਾਈ ਕਰਾਹ ਕਰਾਇਆ ਤਾ ਇਹਨੂੰ ਲੇਜ਼ਰ, ਆਹ ਦੇਖੋ ਜੱਗਾ ਕਰਕੇ ਗਿਆ ਤਾ ਪੰਡਿਤ, ਐਨ ਇੱਕ ਸਾਰ ਪਾਣੀ ਆਉਂਦਾ, ਐਨ ਉਹ ਦੇਖੋ ਸੇਧ ਜ ਐਨ ਇੱਧਰ ਸੇਧ 'ਚ ਪਾਣੀ ਖੜਾ, 0-0 ਕਰੇ ਹੋਏ ਆ ਇਹ, ਆਪਾਂ ਨੇ ਤਾਂ ਕਰਾ ਤਾ ਵੀ ਪਹਿਲਾਂ ਚਲੋ ਜਿਹਨੇ ਵਾਹੀ ਹੋਈ ਤੀ ਉਗਲੇ ਨੇ ਆਪਣੇ ਹਿਸਾਬ ਨਾਲ ਕਰਿਆ ਹੋਇਆ ਤਾ, ਆਪਾਂ ਹੁਣ ਆਪਣੇ ਹਿਸਾਬ ਨਾਲ ਖੇਤ ਤਿਆਰ ਕਰਾਏ ਆ, ਵੀ ਪਤਾ ਨਹੀਂ ਕਿੱਧਰ ਕਿਵੇਂ ਉੱਚਾ ਨੀਵਾਂ ਹੋਊਗਾ, ਹੁਣ ਉਹ ਖੇਤ 'ਚ ਪਰਲੇ 'ਚ ਇੱਕ ਸਾਰ ਪਾਣੀ ਖੜਾ ਆਪਣਾ, ਉਹਦੇ ਕਰਕੇ ਆਪਾਂ ਨੇ ਕਰਾਇਆ ਤਾ, ਉਹਦੇ ਕਰਕੇ ਟਾਈਮ ਵੀ ਘੱਟ ਲੱਗਦਾ ਕਿਆਰਿਆਂ ਨੂੰ, ਇਹਨੂੰ 1.5 ਘੰਟਾ ਹੋਇਆ ਹਲੇ, ਮੈਂ ਕਿਹਾ 4 ਕੁ ਬਿੱਘੇ ਦੀ ਕਿਆਰੀ ਹੋਣੀ ਨਾ ਇਹ, ਆਹ 4 ਬਿੱਘੇ ਦੀ ਕਿਆਰੀ ਹੋਊਗੀ ਕਿਹੜੀ, ਆਹ ਤੈਨੂੰ ਵੀ ਰੱਖ ਲੈ ਚੱਲ, ਹਾਂ 1.5 ਘੰਟਾ ਲੱਗਿਆ ਭਾਰ ਚੱਲੀ ਬਸ ਆਪਣੀ, ਇਹਨੇ ਜੇ ਦਿਨ ਚੱਲੀ ਗਈ ਆਹ ਵੀ ਰੱਖ ਦੇਣਾ ਇਹਨੇ, ਆਹ ਰਹਿ ਗਏ 2 ਕਿਆਰੇ ਪੱਲੇ ਬਸ, ਹੈਗਾ ਅਸੀਂ, ਹਾਂ ਬਾਕੀ ਉਰੇ ਆਪਾਂ ਨੇ ਬਾਈ 27 ਲਾਉਣੀ ਆ ਜੀ, ਪਨੀਰੀ ਆਪਣੇ ਕੋਲ ਤਿਆਰ ਹੈ, 5 ਤਰੀਕ ਨੂੰ ਲੇਬਰ ਨੇ ਕਿਹਾ ਹੋਇਆ ਏ, ਦੇਖਦੇ ਆ ਬਾਕੀ ਕਰਤਾ ਬਸ ਉਰੇ ਵੀ ਕੰਮ ਸ਼ੁਰੂ, ਉਹਦੇ ਬਾਅਦ ਝੱਲੀਆਂ ਰਹਿ ਗਿਆ ਥੋੜ੍ਹਾ ਜਿਹਾ, ਪਨੀਰੀ ਵਾਲਾ ਰਹਿ ਗਿਆ, ਵਾਹ ਉਹਦੇ ਬਾਅਦ ਫਿਰ ਨਿਬੇੜ ਕੇ ਆਪਾਂ ਵਿਹਲੇ ਆ, ਆਪਾਂ ਵੀ ਹੁਣ ਵਿਹਲੇ ਆ, ਲਿਫਾਫਾ ਲਾ ਕੇ ਵੱਢੀਏ ਕੱਖ ਕੰਢਾ, ਮੱਕੀ ਨੂੰ ਵੀ ਪਾਣੀ ਖੜਾ ਅੱਜ, ਉਹ ਵੀ ਦੇਖਣਾ ਪੈਣਾ ਕਿੱਕਰਾ ਵੱਟੂਣੀ ਆ। ਬਾਕੀ ਚਲੋ ਠੀਕ ਆ ਜੀ, ਮਿਲਦੇ ਕਿਸੇ ਹੋਰ ਬਲੌਗ 'ਚ ਭਾਈ, ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਚੱਕ ਭਾਈ ਦਾ ਜੀ।